ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ। ਅੱਜ ਅਸੀਂ ਭਾਰਤ ਦੇ ਭਵਿੱਖ ਨੂੰ ਲੈ ਕੇ ਤੁਸੀਂ ਕਾਲਸ ਮੈਨੂੰ ਲਗਾਤਾਰ ਕਰ ਰਹੇ ਹੋ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਕੁਝ ਕਹਿਣਾ ਚਾਹੋਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਭਾਜੀ ਮੈਂ ਫਰਾਂਸ ਤੋਂ ਬੋਲ ਰਿਹਾ, ਆਪਣਾ ਗੋਲਡੀ ਮੁੰਡਾ। ਜੀ 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 ਗੋਲਡੀ ਛੋਟਾ ਜੀ ਜੀ ਕੀ ਕਹਿਣਾ ਚਾਹੋਗੇ? ਹਾਂਜੀ, ਤੇ ਮੈਂ ਇਹ ਵਿਚਾਰ ਕਰਨਾ ਚਾਹੁੰਦਾ ਕਿ ਆਪਣੇ ਜਿਹੜੇ ਮੋਦੀ ਜੀ ਕਹਿੰਦੇ ਸੀ ਆਪਣੇ ਅੱਛੇ ਦਿਨ ਆਣਗੇ, ਅੱਛੇ ਦਿਨ ਆਣਗੇ, ਕਦੋਂ ਆਣਗੇ? ਜੀ 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 ਆਈ ਹੋਇਆ ਸੀ, ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਭਾਜੀ ਕਿ ਉਹ ਕਦ ਆਉਣਗੇ। ਹਾਂਜੀ ਜੀ 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 ਕਦੋਂ ਆਉਣਗੇ ਜੀ? ਜੀ 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 ਆਪਾਂ ਲਿਆਵਾਂਗੇ ਇਹਨਾਂ ਸਿਆਸਤਦਾਨਾਂ ਨੂੰ ਫੋਨ ਦੇ ਉੱਤੇ ਔਰ ਕੋਸ਼ਿਸ਼ ਕਰਾਂਗੇ ਕਿ ਪੁੱਛਾਂਗੇ ਕਿ ਲਿਆਓ ਅੱਛੇ ਦਿਨ ਜਿਹੜੇ ਵਾਅਦੇ ਕੀਤੇ ਸੀਗੇ 2019 ਆਉਣ ਵਾਲਾ, ਉਸ ਤੋਂ ਪਹਿਲਾਂ ਲਿਆਓ। ਲਿਟਮਸ ਟੈਸਟ ਹੈ ਉਹਨਾਂ ਦੇ ਲਈ। ਮੈਂ ਤੇ ਇਹ ਕਹਿ ਰਿਹਾ ਜੀ, ਮੈਂ ਹੀ ਕਹਿ ਰਿਹਾ ਮੁਰਦੇ ਤੇ, ਤੁਸੀਂ ਆ ਦੇਖੋ ਨਾ ਹੁਣ ਆਪਣੇ ਖਹਿਰਾ ਸਾਹਿਬ ਜੀ ਆਪਣੇ ਜਿਹੜੇ ਨੇ ਖਹਿਰਾ ਸਾਹਿਬ ਕਿੱਦਾਂ ਆਪਣੇ ਭੱਜੇ ਫਿਰਦੇ ਦੌੜੇ ਫਿਰਦੇ ਨੇ। ਜੀ ਜੀ, ਤੁਹਾਡਾ ਕੀ ਖਿਆਲ ਕੀ ਇਹ ਕੋਈ ਆ ਸਕਦੇ ਨੇ ਅੱਗੇ ਕਿ ਨਹੀਂ? ਮੇਰੇ ਹਿਸਾਬ ਨਾਲ ਦੇਖੋ ਜੀ, ਜਿਸ ਤਰੀਕੇ ਦਾ ਹੁਣ ਉਹਨਾਂ ਦੇ ਉੱਤੇ ਨਜ਼ਰਾਂ ਰੱਖੀਆਂ ਜਾ ਰਹੀਆਂ ਹਨ ਅਤੇ ਅੱਛੇ ਲੀਡਰ ਦੀ ਸਾਨੂੰ ਲੋੜ ਹੈਗੀ ਹੈ ਇੰਡੀਆ ਦੇ ਵਿੱਚ, ਇਮਾਨਦਾਰ ਲੀਡਰ ਦੀ ਸਾਨੂੰ ਲੋੜ ਹੈਗੀ ਹੈ ਔਰ ਇਮਾਨਦਾਰ ਛਵੀ ਦਿਸ ਜਾਂਦੀ ਹੈ, ਉਹ ਦੱਸਣ ਦੀ ਲੋੜ ਨਹੀਂ ਹੁੰਦੀ ਕਿਸੇ ਇਨਸਾਨ ਨੂੰ, ਉਹ ਦਿਸ ਜਾਂਦੀ ਹੈ ਔਰ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਸਾਨੂੰ ਅਜਿਹੇ ਲੀਡਰਸ ਚਾਹੀਦੇ ਨੇ ਔਰ ਅਜਿਹੇ ਲੀਡਰਸ ਪੈਦਾ ਕਰਨ ਦੀ ਜ਼ਰੂਰਤ ਹੈਗੀ ਹੈ ਇੰਡੀਆ ਦੇ ਵਿੱਚ। ਔਰ ਜੇਕਰ ਅਸੀਂ ਪੰਜਾਬ ਸੂਬੇ ਦੀ ਗੱਲ ਕਰੀਏ ਤਾਂ ਬਹੁਤ ਜ਼ਰੂਰੀ ਹੈਗਾ ਕਿ ਪੰਜਾਬ ਇਸ ਸੂਬੇ ਦੇ ਵਿੱਚ ਸਾਨੂੰ ਅਜਿਹੇ ਲੀਡਰਸ ਮਿਲਣ ਜੋ ਕਿ ਇਮਾਨਦਾਰ ਛਵੀ ਰੱਖਦੇ ਹੋਣ ਔਰ ਨੀਅਤ ਸਾਫ਼ ਹੋਏ। ਜੀ ਹਾਂਜੀ, ਮੈਂ ਤੁਹਾਡੀ ਗੱਲ ਟੁਕਦਾ, ਮੈਂ ਕਹਿ ਰਿਹਾ ਕਿ ਹੁਣ ਆਪਣਾ ਦੇਖ ਲਓ, ਮੰਨ ਲਓ ਕਿ ਆਪਣਾ ਭਗਵੰਤ ਮਾਨ ਸਾਹਿਬ ਨੇ, ਇਹ ਵੀ ਅੱਜ ਕੱਲ੍ਹ ਆਪਣੇ ਬੜੀ ਤਰੱਕੀਆਂ 'ਚ ਜਾ ਰਹੇ ਨੇ, ਕਿਧਰੇ ਆ ਕਰ ਰਹੇ ਨੇ, ਕਿਧਰੇ ਉਹ ਕਰ ਰਹੇ ਨੇ, ਕੁਛ ਨਾ ਕੁਛ ਕਰ ਰਹੇ। ਤੁਹਾਡਾ ਕੀ ਵਿਚਾਰ ਕੀ ਕਿਧਰੇ ਇਹ ਵਿਚਾਰੇ ਗਾਂ ਆ ਸਕਦੇ ਜਾਂ ਨਹੀਂ? ਦੇਖੋ ਜੀ, ਹੁਣ ਇੱਕ ਟੈਸਟ ਹੈਗਾ ਹੁਣ ਆਮ ਆਦਮੀ ਪਾਰਟੀ ਦੇ ਲਈ, ਭਗਵੰਤ ਮਾਨ ਦੇ ਲਈ। ਸੁਖਪਾਲ ਖਹਿਰਾ ਨੇ ਕਨਵੈਨਸ਼ਨ ਕਰਕੇ ਆਪਣੀ ਜਿਹੜੀ ਹੈ ਗੱਲ ਉਹ ਤਾਂ ਕਹਿ ਦਿੱਤੀ ਹੈ, ਅਸੀਂ ਰੱਖਾਂਗੇ ਇਸ ਬਾਰੇ ਵੀ ਮੁੱਦਾ ਰੱਖਾਂਗੇ ਜ਼ਰੂਰ ਔਰ ਇਸ ਬਾਰੇ ਵਿਚਾਰ ਕਰਾਂਗੇ ਤਾਂ ਅਸੀਂ ਤੁਹਾਨੂੰ ਜ਼ਰੂਰ ਐਨਾਲਿਸ ਅਸੀਂ ਕੱਲ੍ਹ ਕੀਤਾ ਸੀਗਾ ਇਸ ਬਾਰੇ ਔਰ ਐਨਾਲਿਸਿਸ ਕੀਤਾ ਸੀਗਾ ਕਿ ਭਗਵੰਤ ਮਾਨ ਖੜ੍ਹੇ ਹੋ ਸਕਦੇ ਹਨ, ਜੋ ਅੱਜ ਹੋਇਆ ਵੀ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵੀ ਕਿ ਮੈਂ ਸੁਖਪਾਲ ਖਹਿਰਾ ਨੂੰ ਸਪੋਰਟ ਨਹੀਂ ਕਰਦਾ ਔਰ ਉਹ ਚਾਹੁੰਦੇ ਹਨ ਕਿ ਪੰਜਾਬ ਦੀ ਜਿਹੜੀ ਪ੍ਰਧਾਨਗਿਰੀ ਹੈ ਉਹਨਾਂ ਨੂੰ ਮਿਲੇ, ਲੇਕਿਨ ਇਹ ਖੈਰ ਰਾਜਨੀਤੀ ਹੈ, ਰਾਜਨੀਤੀ ਦੇ ਵਿੱਚ ਕੁਛ ਵੀ ਹੋ ਸਕਦਾ। ਹਾਂਜੀ, ਮੈਂ ਇੱਕ ਤੁਹਾਨੂੰ ਇੱਕ ਸਵਾਲ ਹੋਰ, ਮੇਰੇ ਕੋਲ ਛੋਟਾ ਜਿਹਾ ਤੁਹਾਡਾ ਵਾਸਤੇ, ਅੱਜ ਜਿਹੜੀ ਇਹਨਾਂ ਦੀ ਮੀਟਿੰਗ ਹੋਈ ਹੈ ਅੱਜ ਆਪਣੇ ਭਗਵੰਤ ਮਾਨ ਸਾਹਿਬ ਜੀ ਤੇ ਸਰਜੀਤ ਬਾਦਲ ਦੀ ਜੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਖੜਾ ਕਰ ਰਹੇ ਨੇ ਤਾਂ ਕਿ ਭਗਵੰਤ ਮਾਨ ਆਪਣੀ ਸੀਟ ਜਿੱਤ ਚੁੱਕਣ, ਸੀਟ ਜਿੱਤਣ ਚ ਕਾਮਯਾਬ ਰਹਿਣ ਔਰ ਕਾਂਗਰਸ ਦੇ ਕਾਂਗਰਸ ਨਾਲ ਇਹ ਭਾਈਵਾਲ ਕਰਕੇ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਇਹਨਾਂ ਨੂੰ ਹੈਲਪ ਕਰੇ ਔਰ ਦਿੱਲੀ ਦੇ ਵਿੱਚ ਕਾਂਗਰਸ ਜਿਹੜੀ ਹੈ ਉਹ ਕੇਜਰੀਵਾਲ ਨੂੰ ਹੈਲਪ ਕਰੇ ਤਾਂ ਕਿਤੇ ਨਾ ਕਿਤੇ ਇਹ ਡੀਲ ਸਮਝ ਆ ਰਹੀ ਹੈ। ਲੇਕਿਨ ਆਪਾਂ ਜ਼ਰੂਰ ਇਸ ਬਾਰੇ ਵੀ ਐਨਾਲਿਸਿਸ ਕਰਾਂਗੇ ਔਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਕੀ ਭਵਿੱਖ ਹੈਗਾ। ਲੇਕਿਨ ਅੱਜ ਦੇ ਮੁੱਦੇ ਦੇ ਵਿੱਚ ਅਸੀਂ ਵਿਚਾਰ ਕੀਤਾ ਸੀਗਾ 2019 ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਉਹ ਜਿੱਤਣਗੇ, 2019 ਦਾ ਕੀ ਏਜੰਡਾ ਹੈਗਾ, ਇਸ ਬਾਰੇ ਵਿਚਾਰ ਤੁਸੀਂ ਮੈਨੂੰ ਦੱਸੇ। ਜੇਕਰ ਤੁਹਾਨੂੰ ਇਹ ਮੁੱਦਾ ਪਸੰਦ ਆਇਆ ਹੋਣਾ ਤਾਂ ਤੁਸੀਂ ਮੈਨੂੰ ਲਿਖ ਸਕਦੇ ਹੋ harkeerat@justbroadcasting.com, info@justbroadcasting.com ਦੇ ਉੱਤੇ ਔਰ ਆਪਣੇ ਵਿਚਾਰ ਮੇਰੇ ਨਾਲ ਇਸ ਮੇਲ ਦੇ ਉੱਤੇ ਲਿਖ ਕੇ ਸਾਂਝੇ ਕਰ ਸਕਦੇ ਹੋ ਔਰ ਜੇਕਰ ਤੁਸੀਂ ਕੋਈ ਹੋਰ ਵੀ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੈਨੂੰ ਲਿਖ ਸਕਦੇ ਹੋ। ਜਿਨ੍ਹਾਂ ਕਾਲਰਸ ਦੀ ਮੈਂ ਫੋਨਸ ਨਹੀਂ ਚੱਕ ਪਾਇਆ ਮੈਂ ਉਹਨਾਂ ਤੋਂ ਬਹੁਤ ਅਪੋਲੋਜਾਈਜ਼ ਕਰਦਾ, ਮੈਂ ਮਾਫੀ ਮੰਗਦਾ, ਲੇਕਿਨ ਤੁਸੀਂ ਮੈਨੂੰ ਕਾਲ ਕਰਦੇ ਰਿਹਾ ਕਰੋ ਔਰ ਸਾਨੂੰ ਇਸੇ ਤਰੀਕੇ ਨਾਲ ਆਪਣੇ ਕਮੈਂਟਸ ਦਿੰਦੇ ਰਿਹਾ ਕਰੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ, ਮੈਨੂੰ ਹਰਕੀਰਤ ਸਿੰਘ ਆਲੂਵਾਲ ਨੇ ਦੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।